ਸੈਟਅਪ ਹੋ ਜਾਣ ਤੇ ਮੈਂ ਸਟੇਜ ਦੇ ਹਵਾਲੇ ਮਾਈਕ ਕਰ ਰਿਹਾ ਜੋ ਵੀ ਸ਼ਖਸੀਅਤਾਂ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਉਹਨਾਂ ਦੇ ਨਾਂ ਜਿਹੜੇ ਜ਼ਰੂਰ ਅਨਾਊਂਸ ਕਰ ਦਿੱਤੇ ਜਾਣ ਬਹੁਤ ਹੀ ਸਤਿਕਾਰਯੋਗ ਪੰਜਾਬੀ ਮਾਂ ਬੋਲੀ ਦੇ ਮਕਬੂਲ ਗਾਇਕ ਜਨਾਬ ਯੁਵਰਾਜ ਹੰਸੀ ਟੀਮਾਂ ਦੇ ਨਾਲ ਜਾਣ ਪਛਾਣ ਵਾਸਤੇ ਗਰਾਊਂਡ ਵਿੱਚ ਪਹੁੰਚਣਗੇ ਖਿਡਾਰੀ ਵੀਰਾਂ ਦੇ ਨਾਲ ਆਪਣੀ ਸਾਂਝ ਪਾਉਣਗੇ ਉਹਨਾਂ ਦੇ ਨਾਲ ਬਾਈ ਗੁਲਜਾਰਿੰਦਰ ਸਿੰਘ ਜੀ ਸਰ ਕਸ਼ਮੀਰ ਸਿੰਘ ਜੀ ਗੁਰੂ ਸਰ ਜ਼ਿਲ੍ਹਾ ਪ੍ਰਧਾਨ ਬੀਜੇਪੀ ਕਿਸਾਨ ਵਿੰਗ ਔਰ ਹੋਰ ਅਹਿਮ ਸ਼ਖਸੀਅਤਾਂ ਡੇਰਾ ਖਿਆਲਾ ਤੇ ਜਖੇਪਲ ਵਧਾਵੜ ਹਰਿਆਣਾ ਤੇ ਰੂੜੇ ਕੇ ਕਲਾਂ ਬਨਮੌਰੀ ਹਰਿਆਣਾ ਤੇ ਕਿੰਗਰਾ ਇਹ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਆ ਜਾਣ ਦੋਨੋਂ ਟੀਮਾਂ ਲਾਈਨ ਅਪ ਹੋਣਗੀਆਂ ਡੇਰਾ ਖਿਆਲਾ ਤੇ ਜਖੇਪਲ ਰੂੜੇ ਕੇ ਕਲਾਂ ਤੇ ਵਧਾਵੜ ਬਨਮੌਰੀ ਹਰਿਆਣਾ ਤੇ ਕਿੰਗਰਾ ਹਾਂਜੀ ਲਾਈਨ ਅਪ ਹੈ ਜੀ ਦੋਨੋਂ ਟੀਮਾਂ ਬਾਈ ਧਰਮਜੀ ਸਿਮਰ ਬਾਈ ਦੇ ਡਰਾਈਵਰ ਨੇ ਉਹਨਾਂ ਨੂੰ ਬੇਨਤੀ ਸਟੇਜ ਤੇ ਆਉਣ ਦੀ ਦੋਨੋਂ ਟੀਮਾਂ ਲਾਈਨ ਅਪ ਹੋ ਜਾਣ ਲਾਈਨ ਅਪ ਪਲੀਜ਼ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਿੰਦਰ ਸਿੰਘ ਜੀ ਚਾਹਲ ਮੋਢੀ ਜਾਗੋ ਨਸ਼ਾ ਤਿਆਗੋ ਮਿਸ਼ਨ ਪੰਜਾਬੀ ਦੇ ਮਹਾਨ ਲੋਕ ਗਾਇਕ ਹੰਸ ਰਾਜ ਹੰਸੋਰਾਂ ਦੇ ਬੇਟੇ ਕਾਕਾ ਯੁਵਰਾਜ ਹੰਸ ਜੀ ਨੂੰ ਔਰ ਕਾਕਾ ਗੁਲਜਾਰਿੰਦਰ ਸਿੰਘ ਜੀ ਚਾਹਲ ਸਾਹਿਬ ਜਿਹਨਾਂ ਦਾ ਨਾਂ ਹੁਣ ਇਸ ਇਲਾਕੇ ਤੱਕ ਹੀ ਸਮੁੱਚੇ ਪੰਜਾਬੀ ਭਾਈਚਾਰੇ ਲਈ ਕਿਸੇ ਰਸਮੀ ਜਾਣ ਪਛਾਣ ਦਾ ਮੁਤਾਜ ਨਹੀਂ ਉਹ ਗਰਾਊਂਡ ਦੇ ਵਿੱਚ ਜਾ ਰਹੇ ਨੇ ਬੜਾ ਪਿਆਰ ਬੜੀ ਦੋਸਤੀ ਬੜਾ ਨਿੱਘ ਸੋ ਆਓ ਵਾਹ ਵਾਹ ਕੀ ਬਾਤ ਹੈ ਲਓ ਯੁਵਰਾਜ ਹੰਸ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਪਦਮ ਸ਼੍ਰੀ ਹੰਸਰਾਜ ਹੰਸ ਜੀ ਦੇ ਬੇਟੇ ਹੈ ਔਰ ਜਿਨ੍ਹਾਂ ਨੇ ਕਹਿੰਦੇ ਪੰਜਾਬੀ ਗਾਇਕੀ ਦੇ ਵਿੱਚ ਹਰ ਰੋਜ਼ ਆਪਾਂ ਸੁਣਦੇ ਹਾਂ ਪੰਜਾਬੀ ਫਿਲਮਾਂ ਦੇ ਵਿੱਚ ਵੀ ਗੀਤ ਆਉਂਦੇ ਆ ਸਾਡੇ ਭਰਾ ਦੇ ਗੁਲਜ਼ਾਰ ਚਾਹਲ ਦੇ ਨਾਲ ਕਹਿੰਦੇ ਯਾਰੀ ਹੈ ਔਰ ਬੜਾ ਪਿਆਰ ਹੈ ਸਮੁੱਚੇ ਚਾਹਲ ਪਰਿਵਾਰ ਦੇ ਨਾਲ ਸਰਦਾਰ ਹਰਿੰਦਰ ਸਿੰਘ ਜੀ ਚਾਹਲ ਸਾਹਿਬ ਸਾਰੀਆਂ ਮਾਣਯੋਗ ਸ਼ਖਸੀਅਤਾਂ ਸਾਡੇ ਦਰਮਿਆਨ ਹੈ ਇਸ ਵੇਲੇ ਇਸ ਖੇਡ ਮੈਦਾਨ ਦੇ ਵਿੱਚ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਯਾਦਵਿੰਦਰ ਸਿੰਘ ਜੀ ਯਾਦੀ ਜੈਲਦਾਰ ਔਰ ਉਹਨਾਂ ਦੇ ਸਾਰੇ ਸਾਥੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਔਰ ਯਾਦਾਂ ਦੇ ਹਸੀਨ ਪਲ ਕੈਮਰੇ ਦੀ ਅੱਖ ਦੇ ਵਿੱਚ ਬੰਦ ਕੀਤੇ ਜਾ ਰਹੇ ਹੈ ਔਰ ਕਿਹੜੇ ਕਿਹੜੇ ਚਾਹੁੰਦੇ ਨੇ ਵੀ ਆਪਾਂ ਯੁਵਰਾਜ ਹੰਸ ਤੋਂ ਗੀਤ ਸੁਣੀਏ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਕੇ ਦੱਸਿਓ ਯੁਵਰਾਜ ਜੀ ਗੀਤ ਕਿਉਂਕਿ ਜਦੋਂ ਹਰ ਸਾਲ ਇਸ ਟੂਰਨਾਮੈਂਟ ਦੇ ਵਿੱਚ ਇਹ ਟੂਰਨਾਮੈਂਟ ਹੁੰਦਾ ਇਸ ਗਰਾਊਂਡ ਅੰਦਰ ਤੇ ਸਟਾਰ ਪਹੁੰਚਦੇ ਆ ਕਲਾਕਾਰ ਵੀ ਸਟਾਰ ਕਦੇ ਗਿੱਪੀ ਬਾਈ ਹੋਣੀ ਨੀਰੂ ਬਾਜਵਾ ਔਰ ਸਾਡੇ ਬਿਨੇਪਾਲ ਬੁੱਟਰ ਜੀ ਸ਼ੈਰੀ ਮਾਨ ਇਸ ਵਾਰ ਵਾਰੀ ਜਿਹੜੀ ਬਿੰਨੂ ਢਿੱਲੋਂ ਦੀ ਔਰ ਸਾਡੇ ਵੀਰ ਯੁਵਰਾਜ ਹੰਸ ਦੀ ਆਈ ਹੈ ਗਾਣਾ ਵੀ ਜ਼ਰੂਰ ਸੁਣਾਂਗੇ ਇਸ ਯਾਦਗਾਰੀ ਫੋਟੋ ਤੋਂ ਬਾਅਦ ਦੂਜੀ ਟੀਮ ਵੀ ਇੱਧਰ ਹੀ ਆ ਜੇ ਹਰਿਆਣੇ ਦੀ ਇੱਥੇ ਹੀ ਆ ਜੇ ਹਰਿਆਣੇ ਦੀ ਕਹਿੰਦੇ ਟੀਮ ਜਿਹੜੀ ਸਮੈਣ ਸਮੈਣ ਹਰਿਆਣਾ ਤੇ ਰਾਏਸਰ ਬਰਨਾਲਾ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ ਸਮੈਣ ਹਰਿਆਣਾ ਤੇ ਪੰਜਾਬ ਦਾ ਮੈਚ ਤੇ ਹੁਣ ਇਸ ਤੋਂ ਬਾਅਦ ਯੁਵਰਾਜ ਹੰਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
मैं इधर आया ना बेच आया ना देखता जी। होर सब ठीक ठाक है सारे वधिया। सब तो पहला तुम बाले जजन डे इतने बहुत सोहना माहौल है भीरे। मैं वधाई दिना हरिंदर अंकल होना हरिंदर चाल अंकल होना गुलजार भीरे इन्ना सोहना कबड्डी कप खुलाया चौथा कबड्डी क्लब। हैलो जी सत श्री अकाल। सत श्री अकाल की हाल आ गए जी इधर ही आ गए जी। हाँ जी हाँ सारा गेड़ा मार के जाऊं मैं कोई गल नहीं। और सब ठीक ठाक वधिया सारे सारे वधिया। सत श्री अकाल जी सत श्री अकाल। लो जी गुलजार भाई ने कहा सीगा के हाँ जी वधिया गाना थानू सुना दें मेरे सिरा ला सिरा ला दें जी। और उधर भी जाइए जाइए ट्रकों वाले को भी चलते हैं की हाल है सारे कैम हो बढ़िया। लो जी तेनू की समझावा कुछ समझ ना पावा उस रब दे वर्गा एक लफ्ज बनावा भुल के हर एक नाम नूं ए दिल जद वी लबां नूं खोलदा बोलदा बोलदा दिल साईयां साईयां बोलदा 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 दिल साईयां साईयां बोलदा। भाई मेरे मेरे गाने थोड़े जे ना टुटे जे सैड जे होंदे आ सो चकवे चुकवे वाला कोई सद्यो हुण जिन्ने क मेरे हैगे मैं वो सुनाउणा क्योंकि भाई ने मैनूं कहा सी कि दो तीन गाने इकट्ठे सुना दिओ वीरे थोड़े लई आ जी। हाँ नवा भी सुना दांगे एक अद्धा होर सुना दे आ पक्का है सारे आशकां ने जरूर ताड़ियां मारनियां इस गाने ते। नैणा दे नैणा दे हरफ पड़ावा किवें दिल ते दिल ते लिखिया वखावा किवें इना सोचा विच रहना दिल नू अक्सर कहना हां जेड़ी इश्क च चलदी है ओदे रंग विच ढलदी है ओ नब्ज पछाणे ना मेरा पीर जाने मेरी पीर ओ जाने ना ओ जाने ना। थैंक यू जी बहुत बहुत धन्यवाद। मैं पहली बारी इस एरिए आया जी बहुत सोहना लगा बहुत सोहना माहौल है। हरिंदर अंकल होना ने बाले रंग बने हुए थे हैं सोहना वधिया वधिया। सत श्री अकाल। अगली बारी भीरे मैं प्रॉमिस करदा असी साजी भी लैके आवांगे तो इतने लाइव भी करांगे पक्का अगली बारी वधिया प्रोग्राम करके जावांगे। हुण लई इन्नी हाजरी कबूल करो जी बहुत बहुत धन्यवाद तुहाडा थैंक यू सो मच जी। अच्छा ओ सच अच्छा भाई 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 गुलजार दा फेवरेट है इहदा भी ताजा ताजा दिल टुटिया नते आला दे कानू दिल टुटदे ने इह तां तोड़दे ने। लो जी बाई बाई नू वो पसंद आ गाना बाई थोड़े लिए ना रात विखदी है ना दिन विखदा है मैनू दे कुछ भी ना तेरे बिन विखदा है मेरा दम दम घुटदा पिया है मेरा सब कुछ लुटदा रहा है दस तेरा की गया मैं हले तक इना पानी भी नहीं पीता जिन्ने एक मैं तेरे पिछे खंजू पी गया मैं हले तक इना पानी भी नहीं पीता जिन्ने एक मैं तेरे पिछे खंजू पी गया। बहुत बहुत धन्यवाद जी इन्नी हाजरी कबूलो ते हुण मैच शुरू कराइए है ना। थैंक यू हरिंदर अंकल का एक बार फिर और गुलजार वीर का बहुत बहुत थैंक यू जिन्होंने इन्ना माण बख्शा और सद्दा दिता। थैंक यू वीरे। थैंक यू भाई युवराज का बहुत दूरों पहुंच के आए हैं आपके रझेव्या चो एक बार जकारा छड़ दिए भाई युवराज के नाम का बोले सो निहाल सत श्री अकाल। एक बार जोरदार ताड़ियां भी मार दो युवराज के लिए साढ़े वीर के लिए।
ਬੜਾ ਵਧੀਆ ਰੰਗ ਬਣਿਆ, ਇਹ ਤੋਂ ਬਾਅਦ ਕਾਲਾ ਭੂੰਦੜ ਵਾਲਾ ਰੰਗ ਬਣੂਗਾ। ਹੈਲੋ ਬਾਈ ਜੀ, ਜਖੇਪਲ ਵਾਲੇ ਸੁਰਿੰਦਰ ਨੂੰ ਬੇਨਤੀ ਆ ਉਹ ਧੰਨੇ ਦੇ ਨਾਲ ਸੰਪਰਕ ਦੇ ਵਿੱਚ ਆਵੇ। ਇਹ ਜਿਹੜਾ ਸਮੈਨ ਹਰਿਆਣੇ ਦੀ ਟੀਮ ਤੇ ਰਾਜਸਰ ਜ਼ਿਲ੍ਹਾ ਬਰਨਾਲੇ ਦੀ ਟੀਮ ਹੈ, ਜਿਹਨੇ ਵੀ ਮੇਰੇ ਪੰਜਾਬੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਮੇਰੇ ਤੋਂ ਪਹਿਲਾਂ ਸਾਡਾ ਸਤਿਕਾਰਯੋਗ ਭਾਈ ਰੁਪਿੰਦਰ ਜਲਾਲ, ਕੀ ਹੋ ਗਿਆ ਇੱਕ ਮਿੰਟ ਜੀ, ਪਹਿਲਾਂ ਕਬੱਡੀ ਪਾਤੀ ਤੁਸੀਂ, ਕਬੱਡੀ ਪਏਗੀ, ਅਸੀਂ ਤਾਂ ਉਧਰ ਹੀ ਉਲਝ ਪਏ ਸੀ। ਹਾਂ ਬਾਈ, ਬੇਨਤੀ ਹੈ ਧਿਆਨ ਦਿਆ ਕਰੋ ਨੌਜਵਾਨ ਵੀਰ, ਇੱਕ ਬੇਨਤੀ ਸਾਡੇ ਨੌਜਵਾਨ ਵੀਰਾਂ ਨੂੰ, ਕਿਰਪਾ ਕਰਕੇ ਧਿਆਨ ਦਿਓ ਜੀ। ਬਾਈ ਜੀ, ਸੁਰਿੰਦਰ ਜਖੇਪਲ ਸਾਡੇ ਵੀ ਧੰਨੇ ਨਾਲ ਸੰਪਰਕ ਦੇ ਵਿੱਚ ਆਵੇ, ਮੈਂ ਬੇਨਤੀ ਕਰਦਾ ਕਿਉਂਕਿ ਸਟੇਜ ਦੀ ਕਾਰਵਾਈ ਵੀ ਜ਼ਰੂਰੀ ਹੈ। ਕਾਲਾ ਭੂੰਦੜ ਜੀ ਸਾਡੇ ਮੇਰਾ ਕਮੈਂਟਰੀ ਸਾਹ ਦੇਣਗੇ। ਪਹਿਲੀ ਕਬੱਡੀ ਕਹਿੰਦੇ ਸਵੈਨ ਵਾਲੇ ਨਰੇਸ਼ ਦੀ ਪੈਂਦੀ ਹੋਈ, ਉਧਰ ਚਾਰੇ ਜਾਫੀਏ ਰਾਏ ਸਰੀਏ ਕਹਿੰਦੇ ਠੀਕਰੀ ਆਉਂਦੇ ਕੋਲੇ ਚੰਨਣ ਵਾਲ ਪਿੰਡ ਦੇ ਨਾਂ ਰਾਏ ਸਰ ਪਿੰਡ ਆ ਜਾਂਦਾ। ਇੱਕ ਪਾਸੇ ਸੰਦੀਪ ਦੇ ਵਿੱਕੀ ਸਾਡਾ ਵੀ ਸੁਖਦੀਪ ਸਿੰਘ, ਆ ਨੌਜਵਾਨ ਪਹਿਲਾ ਜਫਾ ਲਾਉਂਦਾ ਹੋਇਆ ਰਾਏ ਸਰ ਦੀ ਟੀਮ ਦੇ ਲਈ। ਇੱਧਰਲੇ ਪਾਸੇ ਕਹਿੰਦੇ ਵੀ ਮਹਿਲਾਂ ਦੀ ਧਰਤੀ ਦੇ ਆਪਾਂ ਜਿੱਥੇ ਭਿੰਦਰ ਦੀ ਗੱਲ ਕਰਦੇ ਹਾਂ, ਆ ਮਹਿਲ ਕਲਾਂ ਵਾਲਾ ਨੌਜਵਾਨ ਭਿੰਦਰ ਹੁਣ ਰਾਏ ਸਰ ਦੀ ਟੀਮ ਵੱਲੋਂ ਕਬੱਡੀ ਪਾਉਂਦਾ, ਸਾਡਾ ਸਾਥੀ ਕਮੈਂਡੇਟਰ ਕਾਲਾ ਭੂੰਦੜ ਜੀ ਅਗਲੀ ਗੱਲ ਕਰਨਗੇ। ਲੋ ਸਾਹਮਣੇ ਕਹਿੰਦੇ ਵੀ ਗਰਾਊਂਡ ਦੇ ਵਿੱਚ ਇਸ ਸਮੇਂ ਭਿੰਦਰ ਰਾਏ ਸਰੀਏ ਦੀ ਕਬੱਡੀ ਪੈਂਦੀ ਮੇਰੇ ਵੀਰਿਓ, ਤੇ ਪਰ ਉਧਰਲੇ ਪਾਸੇ ਕਹਿੰਦਾ ਹਰਿਆਣੇ ਵਾਲਾ ਨੌਜਵਾਨ, ਪੰਜਾਬ ਤੇ ਹਰਿਆਣੇ ਦੀ ਟੱਕਰ, ਪਰ ਪੁਆਇੰਟ ਇਸ ਸਮੇਂ ਆਪਾਂ ਵੇਖਦੇ ਹਾਂ ਵੀ ਨੌਜਵਾਨ ਧਾਵੀ ਭਿੰਦਰ ਰਾਏ ਸਰੀਏ ਆਪਣੀ ਟੀਮ ਦੇ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਹੈ। ਇਧਰ ਮੋਨੂ ਹਰਿਆਣੇ ਵਾਲਾ, ਹੈਲੋ ਕਬੱਡੀ ਟਰਨ ਹੈ ਜੀ, ਕਿਰਪਾ ਕਰਕੇ ਦੱਸੋ ਕਬੱਡੀ। ਹਾਂਜੀ ਕਬੱਡੀ ਟਰਨ, ਹਾਂਜੀ ਨੋਟ ਕਰੋ ਖਿਡਾਰੀ ਵੀਰੋ, ਕਬੱਡੀ ਜਿਹੜੀ ਟਰਨ ਹੋਵੇਗੀ। ਬਾਈ ਜੀ ਅਗਲਾ ਮੈਚ ਕਿਹੜੀ ਟੀਮ ਦਾ ਮਾੜਾ ਦੱਸੋ ਮੈਨੂੰ, ਬਧਾਵੜ ਦਾ ਸ਼ਾਇਦ, ਦੇਖੀ ਮਾੜਾ ਜਮ ਡੇਰਾ ਖਿਆਲਾ ਤੇ ਜਖੇਪਲ ਦਾ ਮੈਚ ਹੈ ਜੀ ਇਸ ਤੋਂ ਅਗਲਾ, ਨਾਲ ਹੀ ਰੂੜੇ ਕੇ ਔਰ ਪਧਾਵੜ ਹਰਿਆਣੇ ਦਾ ਮੈਚ ਹੋਣਾ ਹੈ। ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਦੇ ਲਾਗੇ ਪਹੁੰਚਣਗੀਆਂ। ਉਧਰ ਤਾਊ ਆ ਗਿਆ ਬਧਾਵੜ ਵਾਲਾ ਸਾਡਾ ਵੀਰ, ਧੰਨਵਾਦ ਹੈ। ਇੱਕ ਮੈਂ ਬੇਨਤੀ ਕਰਦਾ ਪ੍ਰਬੰਧਕਾਂ ਵੱਲੋਂ, ਬੇਨਤੀ ਹੈ ਬਾਈ ਜੀ ਇੱਧਰ ਜਿਹੜੇ ਮੁੰਡੇ ਵਾਲੇ ਤੁਰੇ ਫਿਰਦੇ ਪਲੀਜ਼ ਬੈਠੋ ਬਾਈ, ਬੇਨਤੀ ਹੈ ਜੀ ਵਾਧੂ ਜਿਹੜੇ ਪਲੇਅਰ ਨੇ ਕਿਰਪਾ ਕਰਕੇ ਬਾਈ ਜੀ ਸਾਈਡ ਤੇ ਹੋ ਜਾ ਕਰੋ ਜਾਂ ਤੁਰ ਫਿਰ ਕੇ ਵਾਰਮ ਅਪ ਹੋ ਜਾਓ, ਕਿਉਂਕਿ ਦਰਸ਼ਕਾਂ ਦੀ ਖਾਤਰ ਏਡਾ ਵਧੀਆ ਪ੍ਰਬੰਧ ਕੀਤਾ ਹੈ। ਔਰ ਅੱਜ ਕਹਿੰਦੇ ਵੀ ਚੌਥਾ ਗੋਲਡ ਕੱਪ ਹੈ ਨਥੇਹੇ ਦੀ ਧਰਤੀ ਮੇਰੇ ਵੀਰੋ, ਜ਼ਿਲ੍ਹਾ ਬਠਿੰਡੇ ਦਾ ਨਗਰ ਹੈ। ਔਰ ਆਪਾਂ ਵੇਖਾਂਗੇ ਵੀ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਕਹਿੰਦਾ ਮੁੱਛ ਫੁੱਟ ਗੱਭਰੂ ਨੇ ਭਿੜ ਦੇ ਮੈਦਾਨਾਂ ਵਿੱਚ, ਲੱਗਦਾ ਹੈ ਇੰਜ ਜਿਵੇਂ ਭੇਡ ਹੁੰਦੇ ਸਾਨਾਂ ਵਿੱਚ, ਉੱਡਦੀ ਹੋਈ ਧੂੜ ਅਸਮਾਨਾਂ ਵੱਲ ਚੜ੍ਹਦੀ, ਸ਼ਗਨ ਖੋਖਰ ਰੰਗ ਮਿਹਨਤਾਂ ਹੈ ਫੜਦੀ, ਸ਼ਗਨ ਖੋਖਰ ਰੰਗ ਮਿਹਨਤਾਂ ਹੈ ਫੜਦੀ। ਉਹ ਬਾਈ ਜੀ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਕਿਰਪਾ ਕਰਕੇ ਰੈਡੀ ਰਹਿਣ ਡੇਰਾ ਖਿਆਲਾ, ਕਿਉਂਕਿ ਨਰੇਸ਼ ਜਿਹੜਾ ਸਵੈਨ ਪਿੰਡ ਵਾਲਾ ਨੌਜਵਾਨ ਗੱਭਰੂ ਹਰਿਆਣੇ ਵਾਲਾ ਮਹਿਲਾਂ ਵਾਲੇ ਭਿੰਦਰ ਦੀ ਕਬੱਡੀ ਹੈ ਰਾਜਸਰ ਵੱਲੋਂ ਮੇਰੇ ਪੰਜਾਬੀ ਵੀਰੋ। ਉਰਲੇ ਪਾਸੇ ਚਾਰੇ ਜਾਫੀ ਨੇ ਕਹਿੰਦੇ ਚਾਂਡਾ ਨਾਲ ਕਾਲੀਆ ਕਾਲਾ ਤੇ ਪ੍ਰਦੀਪ, ਮੈਂ ਦੇਖਦਾ ਵੀ ਜਿਹੜੇ ਚਾਰੇ ਜਾਫੀ ਹੈ ਇਹ ਸਮਾਨ ਵਾਲੇ ਨੌਜਵਾਨ ਹੋਣ। ਹਰ ਆ ਕਹਿੰਦੇ ਚਾਂਡਾ, ਇਸ ਦਾ ਨਾਮ ਹੈ ਚਾਂਡਾ ਤੇ ਚਾਂਡੇ ਦਾ ਜੱਫਾ ਲੱਗ ਗਿਆ, ਇਹ ਚਾਂਡੇ ਨੇ ਫੜਿਆ ਗੁੱਟ। ਇੱਕ ਇੰਨੀ ਤਾਂ ਗੱਲ ਹੈਗੀ ਹੈ ਮਹਿਲਾਂ ਵਾਲਿਆ ਭਿੰਦਰਾ, ਜੇ ਚਾਂਡੇ ਦੇ ਵਾਲ ਹੁੰਦੇ ਜੱਫਾ ਹੋਰ ਲਾਉਂਦਾ, ਇੱਕ ਮਾਰੋ ਤਾੜੀ ਇੱਕ ਵਾਰੀ ਚਾਂਡੇ ਦੇ ਨਾਂ ਦੇ, ਹਰਿਆਣੇ ਵਾਲਾ ਚਾਂਡੇ ਦਾ ਜੱਫਾ ਲੱਗਦਾ ਹੋਇਆ। ਸਾਡੇ ਸੁਖਮਾਲ ਕੋਚ ਜੀ ਹੈ ਉਹ ਵੀ ਵਿਸ਼ੇਸ਼ ਤੌਰ ਤੇ ਟੀਮ ਲੈ ਕੇ ਹਰਿਆਣੇ ਤੋਂ ਚਾਰ ਟੀਮਾਂ ਲੈ ਕੇ, ਉਹਨਾਂ ਦਾ ਧੰਨਵਾਦ ਅਸੀਂ ਕਰਦੇ ਹਾਂ। ਇਧਰਲੇ ਪਾਸੇ ਕਹਿੰਦੇ ਮੋਨੂ ਹਰਿਆਣੇ ਵਾਲਾ, ਉਧਰ ਸੰਦੀਪ ਦੇ ਨਾਲ ਵਿੱਕੀ ਹੈ, ਨਾਲ ਮੈਂ ਦੇਖਦਾ ਵੀ ਉਰਲੇ ਪਾਸੇ ਸੁਖਦੀਪ, ਇਹ ਰਾਜਸਰ ਦੀ ਟੀਮ ਦੇ ਚਾਰੇ ਜਾਫੀ, ਆਹ ਮੁੰਡਾ ਸੁਖਦੀਪ ਸਿੰਘ ਜੱਫਾ ਲਾਉਂਦਾ, ਪਰ ਮੋਨੂ ਆਪਣੀ ਟੀਮ ਸਵੈਣ ਦੇ ਲਈ ਇੱਕ ਅੰਕ ਜੋੜਦਾ ਹੋਇਆ। ਨਾਲੀ ਡੇਰਾ ਖਿਆਲਾ ਤੇ ਜਖੇਪਲ ਇਹ ਅਗਲਾ ਜਿਹੜਾ ਮੈਚ ਦੋਵੇਂ ਟੀਮਾਂ ਦਾ ਖੇਡਿਆ ਜਾਣਾ, ਆਪਣੇ ਆਪ ਨੂੰ ਤਿਆਰ ਕਰ ਲੈਣਗੇ। ਔਰ ਉਧਰਲੇ ਪਾਸੇ ਕਹਿੰਦੇ ਵੀ ਬਿੱਟੂ ਰਾਏ ਸਰੀਆ ਇਸ ਸਮੇਂ ਬੋਲਿਆ ਹੋਇਆ ਧਾਵਾ ਚੋਂ ਜਾਫੀਆਂ ਦੇ ਵਿੱਚ, ਔਰ ਆ ਕਹਿੰਦੇ ਵੀ ਬੱਲੇ 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 ਜੇ ਦਰਸ਼ਕ ਵੀਰੋ ਆ ਜਾਫੀ ਵਧੀਆ ਲੱਗਦਾ ਹਰਿਆਣੇ ਵਾਲਾ, ਇੱਕ ਜ਼ੋਰਦਾਰ ਤਾੜੀ ਮਾਰ ਕੇ ਦੱਸੋ ਇਹ ਕਾਲਿਆ ਵਧੀਆ ਕਿਵੇਂ ਨਾ ਲੱਗੇ ਜੱਫੇ ਲਾ ਕੇ ਦੱਸੋ ਵਧੀਆ ਹੈ। ਇਹ ਵੀ ਤੁਹਾਡੇ ਨਾਲ ਵਾਅਦਾ ਰਿਹਾ ਕਿਉਂਕਿ ਸਾਡੇ ਨੌਜਵਾਨ ਵੀਰ ਉਧਰ ਕਾਲਾ ਜੀ ਭੂੰਦੜ ਵਾਲੇ ਰੁਪਿੰਦਰ ਜੀ ਦੇਵ ਜੀ ਸਾਡੇ ਨੌਜਵਾਨ ਦੀਪ ਜੀ ਬਹੁਤ ਵਧੀਆ ਮਾਈਕ ਤੋਂ ਬੋਲ ਕੇ ਗਏ ਕਿ ਅਗਲੇ ਮੈਚ ਦੀਆਂ ਟੀਮਾਂ ਆ ਗਈਆਂ ਜੀ। ਇੱਕ ਮੈਂ ਬੇਨਤੀ ਕਰਦਾ ਬਾਈ ਜੀ, ਮੈਨੂੰ ਪ੍ਰਬੰਧਕਾਂ ਨੇ ਕਿਹਾ ਗਾ ਇੱਧਰ ਜਿਹੜੇ ਪਲੇਅਰਾਂ ਨਾਲ ਬੈਠੋ ਪਲੀਜ਼, ਬੇਨਤੀ ਆ
ਪਲੇਅਰਾਂ ਨੂੰ ਬੇਨਤੀ ਹੈ ਬਹਿ ਜਾਓ ਬਾਈ ਜੀ, ਕਿਉਂਕਿ ਮੈਚ ਬਹੁਤ ਵਧੀਆ। ਉਧਰ ਆਪਾਂ ਦੇਖਦੇ ਹਾਂ ਵੀ ਭਿੰਦਰ ਨੌਜਵਾਨ ਮਹਿਲ ਕਲਾਂ ਦੀ ਧਰਤੀ ਐਂਡ ਰਾਏਕੋਟ ਲੁਧਿਆਣੇ ਰੋਡ ਤੇ ਵਸਿਆ ਹੋਇਆ ਨਗਰਾ, ਅੱਜ ਮੈਂ ਦੇਖਦਾ ਵੀ ਜਿੱਥੇ ਕਬੱਡੀ ਪਾਉਂਦੇ ਨੇ। ਹਾਂਜੀ ਵੀਰ ਜੀ, ਬੜਾ ਵਧੀਆ ਨਜ਼ਾਰਾ ਇਸ ਸਮੇਂ ਦਰਸ਼ਕ ਵੀਰ ਤੱਕ ਰਹੇ ਆ ਪਈ ਹੋਈ ਕਬੱਡੀ ਭਿੰਦਰ ਦੀ, ਔਰ ਹੰਧਾ ਤੇ ਮੁਕਾਬਲਾ ਥੋੜਾ ਸਖਤ ਹੋ ਗਿਆ, ਪਰ ਆਪਾਂ ਵੇਖਦੇ ਹਾਂ ਵੀ ਪੁਆਇੰਟ ਇਸ ਸਮੇਂ ਸੂਬਾ ਭੋਡੀਪੁਰੇ ਦਾ ਇਸ਼ਾਰੇ ਕਰਦਾ ਹੈ, ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਇਸ ਸਮੇਂ ਰਾਜ ਸਰੀ ਦੀ ਟੀਮ ਦੇ ਲਈ ਜੁੜਦਾ ਹੋਇਆ। ਅਗਲੀ ਗੱਲ ਕਾਂਤੀ ਜੀ। ਬਾਈ ਜੀ, ਉਧਰ ਕਬੱਡੀ ਦੇ ਸਟਾਰ ਪਲੇਅਰ ਸੁਖਚੈਨ ਸਿੰਘ ਜੀ ਬਰਗਾੜੀ ਵਾਲੇ ਸਾਡੇ ਵੀਰ ਉਹ ਵੀ ਪਹੁੰਚੇ ਨੇ। ਬਾਈ ਮੈਂ ਬੇਨਤੀ ਕਰਦਾ ਬੈਠੋ ਯਾਰ, ਕਿਉਂਕਿ ਸਾਈਡ ਤੇ ਹੋ ਜਾਓ ਬਾਈ ਜੀ ਜਿਹੜੇ ਵਾਧੂ ਪਲੇਅਰ ਨੇ, ਔਰ ਇਧਰ ਮੈਦਾਨ ਦੇ ਵਿੱਚ ਹੋ ਗਈ ਬੱਲੇ 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 ਨਿਬੜ ਗਿਆ ਕੰਮ, ਹੋ ਗਈ ਬੱਲੇ ਬੱਲੇ। ਬਾਈ ਮੈਂ ਸਮਾਪਤ ਹੈ, ਸਕੋਰ ਜਿਹੜੇ ਮੈਂ ਦੇਖਦਾ ਵੀ ਸਮੈਨ ਦੀ ਟੀਮ ਜਿਹੜੀ ਜੇਤੂ ਆ, ਸਮੈਨ ਦੇ ਪੁਆਇੰਟ ਜਿਹੜੇ ਸਾਡੇ 7 ਪੁਆਇੰਟ ਨੇ, ਰਾਜਸਰ ਦੇ 5 ਪੁਆਇੰਟ ਨੇ। ਹੁਣ ਮੈਚ ਲੱਗਣਾ ਡੇਰਾ ਖਿਆਲਾ ਦੇ ਜਖੇਪਲ ਗੋਬਿੰਦਪੁਰੇ ਦਾ ਮਾਲਾ। ਮੈਂ ਬੇਨਤੀ ਕਰਦਾ ਵੀ ਮੂਨਕ ਦੇ ਗਲਜਾਰੀ ਨੂੰ ਆ ਕੇ ਮਿਲੇ ਸਟੇਜ ਦੇ ਕੋਲੇ, ਸਾਡਾ ਕੋਈ ਚੱਕਰ ਨਹੀਂ, ਸਾਰੇ ਧੰਨਵਾਦ ਆ, ਕਿਉਂਕਿ ਪਹਿਲੇ ਰਾਊਂਡ 'ਚ ਥੋੜ੍ਹਾ ਜਿਹਾ ਹਫੜਾ ਦਫੜੀ ਮੱਚ ਜਾਂਦੀ। ਇੱਕ ਮੈਂ ਬੇਨਤੀ ਕਰਦਾ ਬਾਈ, ਇੱਕ ਮਿੰਟ ਜੀ, ਨਾਲ ਹੀ ਬੇਨਤੀ ਆ ਸਾਡੀ ਕਮੇਟੀ ਵੱਲੋਂ ਕਾਂਤੀ ਜੀ ਪਲੀਜ਼। ਹਾਂਜੀ, ਜਿਹੜਾ ਕਹਿੰਦੇ ਵੀ ਰੇਤਾ ਮਲਣਾ ਜਾਂ ਕੋਈ ਹੋਰ ਲਿਪਾ ਪੋਚੀ ਕਰਨੀ ਆ, ਗਰਾਊਂਡ ਤੋਂ ਬਾਹਰ ਹੀ ਕਰ ਲਿਆ ਕਰੋ, ਨਹੀਂ ਮਜਬੂਰਨ ਸਾਨੂੰ ਟੀਮ ਜਿਹੜੀ ਸਕ੍ਰੈਚ ਕਰਨੀ ਪੈਣੀ ਆ। ਇੱਕ ਬੇਨਤੀ ਆ, ਜੇ ਨਾ ਹੀ ਲਾ ਕੇ ਆਣ ਰੇਤੇ ਦੀ ਲੋੜ ਹੀ ਨਹੀਂ ਪੈਂਦੀ। ਇਹ ਪਲੇਅਰਾਂ ਨੂੰ ਬੇਨਤੀ ਹੈ, ਇੱਕ ਨਾ ਇੱਧਰਲੇ ਪਾਸੇ ਦਰਸ਼ਕ ਵੀਰ ਕਹਿੰਦੇ ਬਾਈ ਸਾਨੂੰ ਜਮਾ ਨਹੀਂ ਪਤਾ ਲੱਗਦਾ ਕਿਹੜਾ ਰੇਡ ਖੇਡਦਾ। ਰਣਜੀਤ ਸਿੰਘ ਜੀ ਰਾਜੂ ਸਪੋਰਟਸਮੈਨ ਤੋਂ ਪੱਤਰਕਾਰ, ਆਪਣਾ ਸਨਮਾਨ ਹਾਸਲ ਕਰਨ ਜੀ ਰਣਜੀਤ ਰਾਜੂ ਜੀ। ਪਹਿਲਾਂ ਤਾਂ ਮੈਂ ਬੇਨਤੀ ਕਰਦਾ ਅਸੀਂ ਕਮੈਂਟਰੀ ਵਾਲੇ ਸਾਈਡ ਤੇ ਹੁੰਦੇ ਆ, ਬਾਈ ਕਾਲੇ ਤੂੰ ਪਹਿਲੇ ਪਾਸੇ ਹੋ ਜਾ, ਮੈਂ ਉਰੇ ਹੋ ਜਾਣਾ। ਫਿਰ ਇੱਕ ਬੇਨਤੀ ਆ ਬਾਈ ਜੀ, ਸਾਡੀ ਸਾਰੀ ਮੀਡੀਆ ਫਿਰਦੀ ਆ, ਜੇ ਤਾਂ ਆਪਾਂ ਨੂੰ ਕੰਮ ਆ ਤਾਂ ਜ਼ਰੂਰ ਗਾਉਣ 'ਚ ਰਹੋ, ਅਤੇ ਨਹੀਂ ਤੁਸੀਂ ਵੀ ਸਾਈਡ ਤੋਂ, ਬਾਈ ਨੂੰ ਤਾਂ ਚਾਹੇ ਉੱਥੇ ਚੜਾ ਦਿਉ, ਮੈਂ ਤਾਂ ਉੱਥੇ ਬੋਲੀ ਜਾਊਂਗਾ। ਇਹ ਬੇਨਤੀ ਆ, ਤਿਆਰ ਰੱਖਣਾ ਬਾਈ, ਬੈਠੋ ਸਾਰੇ ਪਲੀਜ਼। ਬੇਨਤੀ ਆ ਹਰਿਆਣੇ ਵਾਲੇ ਵੀਰ ਬੈਠ ਜਾਣ, ਬੇਨਤੀ ਹੈ ਕੋਈ ਨਾ, ਮੈਂ ਤਾਂ ਤੁਰ ਫਿਰ ਕੇ ਰਹੂੰਗਾ, ਮੈਂ ਤਾਂ ਬਹਾਉਣਾ ਤਾਂ ਬਹਾ ਦੂ। ਹਾਂ ਧੰਨਵਾਦ ਆ, ਮੈਨੂੰ ਪਤਾ ਤੜਕੇ ਦੇ ਵੀਰ ਖੜੇ ਨੇ। ਆਹ ਜਿਹੜਾ ਮੈਚ ਅਗਲਾ ਡੇਰੇ ਖਿਆਲੇ ਦੀ ਟੀਮ ਪਿੰਡ ਆਪਣੇ ਖੇਤਾਂ ਵਾਲੇ ਪਾਸੇ ਡੇ, ਅਤੇ ਦੂਸਰੇ ਪਾਸੇ ਜਿਹੜੀ ਟੀਮ, ਬਾਈ ਬੇਨਤੀ ਹੈ ਬੈਠੋ ਬੈਠੋ। ਹਾਂ ਬਾਈ ਬੇਨਤੀ ਹੈ, ਆਹ ਹਰਿਆਣੇ ਵਾਲੇ ਜਿਹੜੇ ਭੱਜੇ ਫਿਰਦੇ, ਪਲੀਜ਼ ਮੈਂ ਬੇਨਤੀ ਕਰਦਾ ਤਾਊ ਜੀ ਆਪ ਸੀਨੀਅਰ ਪਲੇਅਰ ਐਂ ਬੈਠ ਜਾਓ। ਹੁਣ ਮੈਂ ਨਾ ਬੋਲੂਗਾ ਫਿਰ ਗੁੱਸਾ ਹੀ ਕਰਨਗੇ ਜੇ। ਬਾਬੂ ਸਿੰਘ ਜੀ ਤਲਵੰਡੀ ਸਾਬੋ ਸੀਨੀਅਰ ਅਕਾਲੀ ਆਗੂ ਸਨਮਾਨ ਹਾਸਲ ਕਰਨਗੇ। ਜਿਹੜੀ ਟੀਮ ਜਖੇਪਲ ਦੀ ਹੈ ਉਹ ਤੁਸੀਂ ਨੋਟ ਕਰੋ ਪਿੰਡ ਵਾਲੇ ਪਾਸੇ ਦੇ ਉਰਲੇ ਪਾਸੇ, ਜਿਹੜੀ ਟੀਮ ਖੇਡ ਰਹੀ ਹੈ ਡੇਰਾ ਖਿਆਲੇ ਦੇ ਉਰਲੇ ਪਾਸੇ ਕੁਲਵੰਤ ਭੈਣੀ ਬਾਗੇ ਵਾਲਾ, ਆਹ ਮੁੰਡੇ ਦਾ ਪਿੰਡ ਕਹਿੰਦੇ ਮਾਨਸਾ ਪਕੰਚੀਆਂ ਦੇ ਕੋਲੇ ਭੈਣੀ ਬਾਗਾ ਪਿੰਡ ਆ ਜਾਂਦਾ, ਆਓ ਦੇਖ ਆ ਗਿਆ ਸੀ ਨਾ ਵਿੱਚ। ਤਿਆਰ ਰੱਖੀ ਨੌਜਵਾਨਾਂ, ਜਿਵੇਂ ਵੀ ਤੁਸੀਂ ਖੇਡਦੇ ਹੋ ਸਾਡੇ ਵੀਰ ਵਿੱਕੀ ਵਰਗੇ, ਠੀਕ ਹੈ ਜੀ। ਲੋ ਇਧਰਲੇ ਪਾਸੇ ਕਹਿੰਦੇ ਵੀ ਹੰਧਿਆਂ ਦੇ ਵਿਚਕਾਰ ਆ ਨੌਜਵਾਨ ਨੂੰ ਕਹਿੰਦੇ ਕਾਂਤੀ ਜੀ ਮਿੰਨੀ ਲੂਦੋ ਰੱਖਦੇ ਤੇ ਬੂਟਾ ਨਾ ਹੈ ਸੁਣੋ ਜਾਂਦਾ, ਬੋਲਿਆ ਹੋਇਆ ਧਾਵਾ ਤੇ ਹਲਕਾ ਜਿਹਾ ਚੁੱਕਿਆ ਨੌਜਵਾਨ, ਪਰ ਉਧਰਲੇ ਪਾਸੇ ਕਹਿੰਦੇ ਵੀ ਐਨ ਮੁਕਾਬਲਾ ਸਖਤ ਹੁੰਦਾ ਹੋਇਆ, ਇੱਕ ਪਾਸੇ ਬੂਟਾ ਇੱਕ ਪਾਸੇ ਯਾਬੀ ਲੰਮੀ ਛੂਟ ਵੜਦਾ ਹੋਇਆ ਨੌਜਵਾਨ, ਬਾਜ ਵਾਲੀ ਉਡਾਰੀ ਭਰਦਾ ਹੋਇਆ ਕਹਿੰਦਾ ਯਾਰ ਜਦੋਂ ਕੌਡੀ ਪਾਉਂਦੇ ਆ ਤੇ ਗੁੰਜਾ ਤਾੜੀਆਂ ਨਾਲ ਸਾਰਾ ਹੀ ਮੈਦਾਨ, ਬਾਜ ਵਾਂਗ ਉੱਡ ਜਾਈਦਾ ਉਹ ਚਿੱਤ ਕਰਕੇ ਵੱਡੇ ਖਫੀ ਖਾਨ, ਬਾਜ ਵਾਂਗ ਉੱਡ ਜਾਈਦਾ। ਅਗਲਾ ਮੈਚ ਕਰੀਦਾ ਕਾਲੇ, ਨਾਲ ਹੀ ਰੂੜੇ ਕੇ ਕਲਾਂ ਤੇ ਪਧਾਵਣ ਹਰਿਆਣੇ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ। ਟੀਮਾਂ ਆ ਗਈਆਂ ਨੇ, ਧੰਨਵਾਦ ਆ, ਪਰ ਬੇਨਤੀ ਆ ਬਾਈ ਆਣ ਕੇ ਬਹਿ ਜਾਣਾ ਤਾਂ ਬਹੁਤ ਧੰਨਵਾਦ ਹੋਊਗਾ ਤੁਹਾਡਾ, ਜਾਂ ਥੋੜੇ ਜਿਹੇ ਖਿੰਡ ਕੇ ਹੋ ਜਾ ਕਰੋ, ਦੋ ਉਧਰ ਨੂੰ ਹੋ ਜਾ ਕਰੋ, ਦੋ ਉਧਰ ਨੂੰ ਹੋ ਜਾ ਕਰੋ, ਇੱਕੇ ਥਾਂ ਖੜਦੇ ਹੋ ਤਾਂ ਬਹੁਤ ਔਖਾ ਹੋ ਜਾਂਦਾ। ਇੱਧਰ ਕਹਿੰਦੇ ਛੋਟੀ ਉਮਰ ਦੇ ਵਿੱਚ ਲਹਿਰੇ ਦੇ ਟੂਰਨਾਮੈਂਟ ਦੇ ਮੁੰਡੇ ਨੇ ਮੋਟਰਸਾਈਕਲ ਜਿੱਤਿਆ, ਖੈਲੇ ਵਾਲੇ ਨਿੱਕੇ ਨੇ, ਜਿਹੜਾ ਮੁੰਡਾ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ। ਹੁਣ ਮੈਂ ਦੇਖਦਾ ਵੀ ਛੋਟੀ ਜਿਹੀ ਉਮਰ 'ਚ ਇਹ ਐਸੀ ਸੈਣੀ ਹੈ, ਕਹਿੰਦੇ ਜਦੋਂ ਚੱਲ ਜੇ ਫਿਰ ਗਾਡਰ ਪਾੜ ਦਿੰਦੀ ਹੈ, ਉਧਰ ਜਖੇਪਲ ਵਾਲੇ ਚਾਰੇ ਜਾਫੀ ਹੈ, ਰੋਕਣਾ ਬੜਾ ਮੁਸ਼ਕਲ ਹੈ, ਲੈ ਭੂੰਦਲ ਵਾਲੇ ਹੁਣ ਲਲਕਾਰਾ ਬੱਜੂ ਬੱਜੂ ਬੱਜੂ, ਬੱਜ ਗਿਆ ਮੂਵ ਸਵਰੇ, ਕਿਹੜੇ ਵੀਰ ਕੋਲੇ ਜੀ ਕਿਰਪਾ ਕਰਕੇ ਮੂਵ ਸਵਰੇ ਪਹੁੰਚਦੀ ਕਰ ਦਿਓ। ਨਾਲ ਹੀ ਕਹਿੰਦੇ ਵੀ ਆਹ ਨੌਜਵਾਨ ਦਾ ਨਾਂ ਲੱਭੀ ਇਸ ਸਮੇਂ ਪਾਉਂਦਾ ਹੋਇਆ ਕਬੱਡੀ, ਕੌਡੀ ਖੇਡਦੇ ਨੌਜਵਾਨ ਵੇਖੋ ਪੰਜਾਬੀ ਵਿਰਸੇ ਦੀ, ਇਹ ਨੇ ਸ਼ਾਨ ਗੱਭਰੂ, ਸੁਭਾਅ ਵਿੱਚ ਨਿਮਰਤਾ ਹਿੱਕਾਂ 'ਚ ਜੋਰ ਡਾਟਾ, ਮੇਰੇ ਸੋਹਣੇ ਪੰਜਾਬ ਦੀ ਸ਼ਾਨ ਗੱਭਰੂ, ਇੱਕ ਇੱਕ ਨੰਬਰ 'ਤੇ ਸ਼ਾਬਾਸ਼ੇ ਖੱਟਦੇ ਨੇ ਤੇ ਅੱਡੀ ਚੋਟੀ ਦਾ ਲਾਉਂਦੇ ਨੇ ਤਾਨ ਗੱਭਰੂ, ਚੜ੍ਹਦੀ ਕਲਾ 'ਚ ਰਹਿਣ ਮਾਮਾ ਦੇ ਸ਼ੇਰ ਦੁੱਲੇ, ਰਹਿਣ ਬਿਣਗ ਬਣੇ ਦੇਸ਼ ਪੰਜਾਬ ਦਾ ਮਾਨ ਗੱਭਰੂ। ਇੱਧਰ ਕਹਿੰਦੇ ਛੋਟਾ ਲੁੱਤਰ ਕਬੱਡੀ ਪਾ ਰਿਹਾ ਖਿਆਲੇ ਵੱਲੋਂ, ਕਹਿੰਦੇ ਬੂਟਾ ਨਾ ਗਾ ਜਿੱਥੇ ਮਾਹੀਆ ਪੰਪ ਧਰਦਾ ਉੱਥੇ ਉੱਗਦਾ ਸਰੋਂ ਦਾ ਬੂਟਾ,
उधर बूटे की कबड्डी है चाने जाफी ने जखेपल वाले पम्मी बाई का पिंड सुरेंद्र का पेंडा राज का पिंड बंते का पेंडा पूर्ण प्रभान का पिंड एक पास जखेपल वाले ने एन मुंडे ने ढा के एक दे बह गया अपनी टीम के लिए अगला मैच रूड़ेकिया की टीम रूड़ेके कला के प्रधावन हरियाणे का जिहड़ा इस तो अगला मैच खेडिया जाना है नाल ही बनभौरी हरियाणा ते किंगरा वह भी आपके मैचों के लिए तैयार रहनगियां हेलो उधर ट्रक वाले बाई बाई गुलाम सिंह जी हरमन सिंह जी गुरप्यार बाई सारी ट्रक यूनियन का बहुत बहुत धन्यवाद है बाकी पंजाब पुलिस देश नगर के मुलाजम उन्होंने धन्यवाद असं करते हैं आ कहते पेरों वाला हैप्पी इस एरिए का वधिया जाफी है रंगड़ियाल के कबड्डी कप का बेस्ट रहा कहते भी मोटरसाइकिल जितया नौजवान ने उत्थे कमालपुरे के कबड्डी कप की बहजा बहजा कराई है खिलाड़ी ने अगली कबड्डी कहते भी ख्याले पिंड वाला निका समय चौ जाफिया के उत्ते धावा बोलता होया नाल ही बेनती है जी हंध्या के उत्ते फास्ट आउट और सेंटर के उत्ते कहते भी लिंक सिस्टम है बारी बारी पुछते हैं प्लेयर उधरले पासे निके की पई हुई कबड्डी कहता करके टच कहता पिछे हट ते आओ जांदा जट पॉइंट इस समय निका ख्याले पिंड वाला अपनी टीम के लिए जोड़ता होया उधर सर्व समझा स्पोर्ट्स क्लब शहीद भगत सिंह सरदूरगढ़ बाई प्रधान सिंह जी अवतार सिंह जी अवतार सिंह जी तारी बाई रमनदीप संधु जी बाई जी बेनती है कृपा करके वाधू जो प्लेयर साइड से हो जाओ हाँ जी हेलो रमनदीप संधु जी खजान जी बाई अंग्रेज मद्दी जी साबका प्रधान वो भी साढ़े को निकू चहल जी रोशन लाल जी हाँ परची बना दिया कर फिर तो मैं आप ही बोल दिया करूँ डरू ना देखी बी किमें मुंडा ठीक है वैसे इधर ध्यान भी दिया करो एक बेनती है मैनू दर्शक भीर उधर वारी वारी कह रहे हैं भी सानू उत्थे जिना कुछ नहीं पता लगता इधर क्योंकि जखेपल का मैच ख्याले नाला ख्याले वाला नैबू पॉइंट लेके वापस आता होया साढ़े नौजवान वीर का धन्यवाद अगला मैच रूड़े कहता लै भी लख्या 365 वाला साढ़े दर्शक भीर भी तू कैच कर ली कैमरे में उन्होंने भी धन्यवाद सी करते हैं लभी वर्गे नौजवान आओ देखते हैं भी ख्याले वाली टीम कहते वीरों कहते कबड्डी कप के बड़े उल्ट फेर किए ख्याले वाले ने जखेपल वाले के फड़े हुए पट लग्या होया जोर एक पासे कालू वर्गे नौजवान अपनी टीम दे लई ख्याले वाला निका कबड्डी की उडारी भरता होया आ मुंडे नू केड़ा रोकूगा जखेपल वाला छोटा जिहा कद छोटी जी उम्र नौजवान की 18-19 साल एक मोटरसाइकिल जितया ओपन दे विच कबड्डियां पा के उधरले पासे आए हाए हाए जखेपल वाले ने आख्या इदां दा फड़न जांदा सारे घेर लैणे आ ऐ नहीं लोट होना नौजवान पर ख्याले वाला नौजवान जिथे उधर आ देखो मुंडे का शरीर चाल साहब नैना देवी दे पहाड़ अर्गा पिया चार सपेरे अगे नूं वधिया होया लवी अर्गे नौजवान जिथे खेपल की टीम के नौजवान बूटे वर्गे आ उधर अगले मैच दी बदावर की टीम के प्लेयर कुलवंत पैणी बागे वाला ए कुलवंत पैणी बागे वाला लाउंदा होया जफा ए आ कुलवंत सिंह कंता पैणी बागे वाला ते मैच जिहड़ा समाप्त है इहदे जो जित गई है टीम ख्याले की टीम जिहड़ी जेतू आ ख्याले दे पॉइंट जिहड़े वो नोट करो 8 ते जखेपल दे पॉइंट आ 5.5 ख्याला जेतू आ हैलो भाई एक मैं बेनती करदा ओके अरणवीर राणा जी हासियां दे बादशाह और देव खरौड़ जी जल्दी तो जल्दी पहुंचन वाले ने देव खरौड़ जी और रणवीर राणा जी जल्दी पहुंच रहे हैं जी भाई जी बेनती है हुण रूड़े कहने मैच जिहड़ा बदावर नाल खेडना हरियाणे वाले ने क्योंकि रूड़े कहिंदा बबली मौड़ा वाला वैद आली कहिंदा नोनी रूड़े के वाला फौजी आ मैच दे जिहड़े स्कोर मैनूं दस्सदा करो माणे जी 8.5-9 होगी ठीक है लो जी हरियाणे की टीम जी बदावड़ की टीम इधरले पासे चली गई है पिंड वाले पासे 8.5-9 पॉइंट जी उन्हें विरोधी टीम रूड़े के कला वो इधरले पासे पहली कबड्डी मिठू सिंह का पुत्र मैं देखना रूड़े के वाला बबली नौजवान पहली कबड्डी बद होया हाँ धन्या करी काली गल मैं पहले ही बोल रहा वो भाई एक बेनती है जिन्हें खेडना वो जिन्हें खेडना वो खड़े रहो जो दूजे खड़े हो तुम की करते हो यार
ਉਰੇਦਰਲੇ ਪਾਸੇ ਕਹਿੰਦੇ ਵੀ ਇਸ ਸਮੇਂ ਰੂੜੇ ਕੇ ਪਿੰਡ ਦਾ ਬਬਲੀ ਪਾਉਂਦਾ ਹੋਇਆ ਕਬੱਡੀ ਦੇ ਸਾਹਮਣੇ ਹਰਿਆਣੇ ਵਾਲਾ ਚੱਕੇ ਆਮ ਕਰਦਾ ਹੋਇਆ ਬੱਲੇ 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 ਜ਼ੋਰਦਾਰ ਤਾੜੀ ਮਾਰ ਕੇ ਦੱਸੋ ਦਰਸ਼ਕ ਵੀਰੋ ਜੇ ਪ੍ਰਬੰਧ ਜਿਹੜੇ ਵਧੀਆ ਲੱਗਿਆ ਕਿਉਂਕਿ ਅੱਜ ਨਥੇਹੇ ਦਾ ਚੌਥਾ ਗੋਲਡ ਕਬੱਡੀ ਕੱਪ ਹੈ ਮੇਰੇ ਵੀਰੋ ਵੱਡੀਆਂ ਰੌਣਕਾਂ ਨੇ ਆਪਾਂ ਵੇਖਦੇ ਹਾਂ ਵੀ ਪੰਜਾਬ ਦੀਆਂ ਟੀਮਾਂ ਦੇ ਨਾਲ ਨਾਲ ਉੱਥੇ ਹਰਿਆਣੇ ਦੀਆਂ ਵੀ ਨਾਮਵਰ ਟੀਮਾਂ ਪੁੱਜੀਆਂ ਨੇ ਔਰ ਆਹ ਨੌਜਵਾਨ ਕਹਿੰਦੇ ਪਧਾਵੜੇ ਵਾਲੇ ਨੀਲੂ ਦੀ ਪੰਜ ਹੋਈ ਕਬੱਡੀ ਮੇਰੇ ਵੀਰੋ ਤੇ ਸਾਹਮਣੇ ਕਹਿੰਦੇ ਨੋਨਾ ਅਲੀ ਕੇ ਪਿੰਡ ਹੈ ਨੌਜਵਾਨ ਦਾ ਬਈ ਦੇਖੋ ਨਹੀਂ ਉਹ ਨਜ਼ਾਰਾ ਵੱਖਰਾ ਮੇਰੇ ਵੀਰੋ ਮਾਰੋ ਤਾੜੀ ਦਰਸ਼ਕ ਵੀਰੋ ਜੇ ਸਵਾਦ ਆ ਗਿਆ ਮੈਚ ਦਾ ਇਹ ਆ ਨੋਨਾ ਅਲੀ ਕੇ ਪਿੰਡ ਵਾਲਾ ਵਾਹ ਵੇ ਜਵਾਨਾ ਇੱਕ ਬੇਨਤੀ ਹੈ ਨੋਨੇ ਨੇ ਜੱਫਾ ਲਾਦਾ ਪਧਾਵੜ ਵਾਲੇ ਤਾਊ ਨੂੰ ਪਰ ਜਿਹੜਾ ਪਧਾਵੜ ਵਾਲਾ ਤਾਊ ਹੈ ਨਾ ਇਹਦੀ ਉਮਰ 45 ਸਾਲ ਦੇ ਉੱਤੇ ਹੋ ਗਈ ਹੈ ਇਹ ਦੱਸਿਆ ਬਈ ਇਹਨੂੰ ਬਹੁਤ ਵਧੀਆ ਆ ਕਹਿੰਦੇ ਵੀ ਹੁਣ ਫੌਜੀ ਕਬੱਡੀ ਪਾ ਰਿਹਾ ਰੂੜੇ ਕੇ ਵਾਲਾ ਜਦੋਂ ਤੁਸੀਂ ਕਬੱਡੀ ਮੈਚਾਂ ਦਾ ਆਨੰਦ ਮਾਰੋ ਬੱਲੜ ਵਰਗੇ ਅਗਲੀਆਂ ਟੀਮਾਂ ਕਿਹੜੀਆਂ ਕਾਲੇ ਦੱਸੀ ਮਾਲੇ ਨਾਲੀ ਅਗਲੀਆਂ ਜਿਹੜਾ ਮੈਚ ਖੇਡਿਆ ਜਾਣਾ ਜੀ ਬਨਭੌਰੀ ਹਰਿਆਣਾ ਔਰ ਕਿੰਗਰਾ ਕਿੰਗਰਾ ਗੁਰਪ੍ਰੀਤ ਤੇ ਹੋ ਜਾ ਬਾਈ ਜੀ ਬੇਨਤੀ ਆ ਪਲੀਜ਼ ਸਾਇਰ ਤੇ ਹੋ ਜਾ ਕਿਉਂਕਿ ਦਰਸ਼ਕਾਂ ਵਾਸਤੇ ਆਪਾਂ ਨੇ ਵਧੀਆ ਪ੍ਰਬੰਧ ਕੀਤੇ ਨੇ ਔਰ ਵੱਡੀ ਕਹਿੰਦੇ ਵੀ ਗਿਣਤੀ ਦੇ ਵਿੱਚ ਦਰਸ਼ਕ ਵੀਰ ਪੁੱਜੇ ਆ ਕਾਂਤੀ ਜੀ ਨਜ਼ਾਰਾ ਐਨ ਵੱਖਰਾ ਬਣਿਆ ਹੋਇਆ ਕੱਲੀ ਕੱਲੀ ਕਬੱਡੀ ਦੀ ਕੱਲੇ ਕੱਲੇ ਯਫੇ ਦੀ ਉਧਰ ਕਹਿੰਦੇ ਵੀ www.kabaddi365.com ਦੀ ਵੱਡੀ ਦੇਣ ਹੈ ਜਿੱਥੇ ਪੂਰੀ ਦੁਨੀਆ ਤੱਕ ਰਹੀ ਹੈ ਔਰ ਫਾਸਟ ਵੇ ਨੈਟਵਰਕ ਦੇ ਉੱਤੇ ਵੀ ਆਪਾਂ ਵੇਖ ਰਹੇ ਹਾਂ ਵੀ ਜਿੱਥੇ ਵੱਡੀ ਰੌਣਕ ਲੱਗੀ ਹੋਈ ਆ ਹਾਂਜੀ ਕਾਂਤੀ ਇਧਰ ਕਹਿੰਦੇ ਮੌੜਾ ਵਾਲਾ ਬੈਦ ਬੱਲੜ ਨੂੰ ਜਫਾ ਲਾ ਰਿਹਾ ਸੀ ਹਰਿਆਣੇ ਵਾਲੇ ਨੂੰ ਸਰਦਾਰ ਜਗਤਾਰ ਸਿੰਘ ਜੀ ਭਾਕਰ ਸਰਪੰਚ ਸਾਹਿਬ ਤਸ਼ਰੀਫ ਮਾਨ ਹੋਏ ਨੇ ਜੀ ਆਇਆਂ ਨੂੰ ਸਰਪੰਚ ਸਾਹਿਬ ਔਰ 2100 ਰੁਪਇਆ ਸਰਪੰਚ ਸਾਹਿਬ ਵੱਲੋਂ ਯੋਗਦਾਨ ਦਿੱਤਾ ਗਿਆ ਔਰ ਸਰਦਾਰ ਅਵਤਾਰ ਸਿੰਘ ਜੀ ਚੋਪੜਾ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ ਉਹ ਵੀ ਪਹੁੰਚੇ ਨੇ ਚੋਪੜਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਹੈਲੋ ਬਾਈ ਇੱਕ ਮੈਂ ਬੇਨਤੀ ਕਰਦਾ ਪਾਣੀ ਵਾਲੇ ਮੁੰਡੇ ਤੁਸੀਂ ਬੋਤਲਾਂ ਧਰ ਕੇ ਪਿੱਛੇ ਹੋ ਜਾਓ ਪਾਣੀ ਦੀ ਬੋਤਲ ਭਰ ਕੇ ਇਧਰ ਅੱਗੇ ਰੱਖਿਆ ਕਰੋ ਗਾਂਧੀ ਜੀ ਬਰਾਬਰ ਦਾ ਯੋਰ ਜਿਹੜਾ ਦਰਸ਼ਕਾਂ ਦਾ ਲੱਗ ਜਾਂਦਾ ਹੈ ਬਬਲੀ ਦੀ ਪਈ ਹੋਈ ਕਬੱਡੀ ਉਧਰਲੇ ਪਾਸੇ ਹਰਿਆਣੇ ਵਾਲਾ ਮਾਰੋ ਤਾੜੀ ਦਰਸ਼ਕ ਵੀਰੋ ਸਵਾਦ ਆ ਗਿਆ ਚੱਲਦੇ ਹੋਏ ਮੈਚ ਦਾ ਐਨ ਕਹਿੰਦੇ ਅੱਜ ਫਿਰ ਆਪਾਂ ਵੇਖਾਂਗੇ ਵੀ ਹਰਿੰਦਰ ਸਿੰਘ ਜੀ ਚਾਲ ਸਾਹਿਬ ਲੱਖ ਲੱਖ ਵਾਰ ਮੁਬਾਰਕਬਾਦ ਹੈ ਨਾਲ ਹੀ ਕਹਿੰਦੇ ਬੱਲੜ ਦੀ ਕਬੱਡੀ ਆ ਬੱਲੜ ਦਾ ਸਰੀਰ ਅੱਜ ਖਾ ਕੇ ਖੁਰਾਕ ਚੰਗੀ ਮਿਹਨਤ ਵੀ ਲਾਈ ਹੋਵੇ ਲਾਲ ਪੱਟੀ ਚ ਮਾਰਾ ਵਾਲਾ ਬੈਦ ਆ ਕਹਿੰਦੇ ਰੂੜੇ ਕਹਿੰਦਾ ਵਿੱਕੀ ਵਿੱਕੀ ਇੱਕ ਪਾਸੇ ਆਏ ਹਾਏ 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 ਭਾਵੇਂ ਵਣਕ ਸਟਾਰ ਗਏ ਕੀ ਕਹਿਣੇ ਰੱਬ ਦੀਆਂ ਦਾਤਾਂ ਦੇ ਹੁਣ ਫਰਕ ਬੜੇ ਨੇ ਮੁੰਡਿਆ ਉਹ ਤੇਰੇ ਮੇਰੇ ਹਾਲਾਤਾਂ ਦੇ ਹਾਲਾਤ ਦੇਖ ਇੱਕ ਦਾ ਸਰੀਰ ਕਿੱਦਾਂ ਦਾ ਇੱਕ ਦਾ ਸਰੀਰ ਕਿੱਦਾਂ ਦਾ ਉਧਰ ਬਾਈ ਹੰਸਰਾਜ ਜੀ ਸਾਡੇ ਵੀਰ ਜਿੱਥੇ ਯੁਵਰਾਜ ਹੰਸਰਾਜ ਜੀ ਗੁਰਵਿੰਦਰ ਸਿੰਘ ਜੀ ਸਾਡੇ ਸਤਿਕਾਰਯੋਗ ਜਿੱਥੇ ਮੈਂ ਦੇਖਦਾ ਉਹਨਾਂ ਦਾ ਬਈ ਧੰਨਵਾਦ ਹਰਿੰਦਰ ਸਿੰਘ ਜੀ ਚਾਲ ਬਾਈ ਗੁਲਜਾਰ ਜੀ ਚਾਲ ਲਓ ਫੌਜੀ ਦੀ ਕਬੱਡੀ ਆ ਰੂੜੇ ਕਾਲੇ ਦੀ ਇੱਧਰ ਕਹਿੰਦੇ ਵੀ ਪਧਾਵੜ ਦੇ ਚਾਰੇ ਜਾਫੀ ਪਿੱਛੇ ਨੂੰ ਹਟਦੇ ਹੋਏ ਕਿਹੜਾ ਮੁੰਡਾ ਜਿਹੜੇ ਬਰਨਾਲੇ ਵਾਲੇ ਨੂੰ ਡੱਕੂਗਾ ਕਿਹੜਾ ਰੱਖੂਗਾ ਜਫਾਨ ਲੱਗ ਗਿਆ ਫੌਜੀਆ ਜਫਾਨ ਲੱਗ ਗਿਆ ਇਹ ਹਰਿਆਣੇ ਵਾਲੇ ਦਾ ਜਫਾ ਗਾ ਇਹ ਹਰਿਆਣੇ ਵਾਲੇ ਦਾ ਜਫਾ ਗਾ ਨੋਨੂ ਵਰਗੇ ਬਲਜੀਤ ਵਰਗੇ ਨੌਜਵਾਨ ਕਿਉਂਕਿ ਹਰਿਆਣੇ ਦੀਆਂ ਟੀਮਾਂ ਬਾਈ ਸੁਖਮਾਨ ਕੋਲ ਜੀ ਆਇਆ ਧੰਨਵਾਦ ਆ ਮੁੰਡੇ ਮਿਹਨਤੀ ਲੱਗਦੇ ਨੇ ਪ੍ਰੋ ਕਬੱਡੀ ਵਿੱਚ ਜਿੰਨੇ ਵੀ ਨਰਵਾਲ ਪ੍ਰਵਾਹ ਦੇ ਖੇਡ ਰਿਹਾ ਉਹ ਹਰਿਆਣੇ ਵਾਲੇ ਨੌਜਵਾਨ ਲੈ ਵੀ ਮੌੜਾ ਵਾਲੇ ਬੈਦ ਜਦੋਂ ਬਾਜੇ ਖਾਨੇ ਦੇ ਕਬੱਡੀ ਕੱਪ ਦੇ ਸੋਨੂ ਜੱਪ ਨੂੰ ਦੋ ਜੱਫੇ ਲਾਏ ਪਰ ਆ ਆਲੀ ਕੇ ਵਾਲਾ ਨੋਨਾ ਜਿਹਨੇ ਰਾਮਪੁਰ ਦੇ ਟੂਰਨਾਮੈਂਟ ਦੇ ਬੱਗਿਆਂ ਦੇ ਦੁੱਲੇ ਨੂੰ ਜੱਫਾ ਲਾ ਕੇ ਬਹਿਜਾ ਬਹਿਜਾ ਕਰਾਤੀ ਸੀ ਅੱਜ ਮੈਂ ਦੇਖਦਾ ਵੀ ਨੌਜਵਾਨਾਂ ਦੀ ਵੱਖਰਾ ਜਿਹੜਾ ਵੇਰਵਾ ਲੈ ਭੂੰਦੜ ਵਾਲਿਆ ਕਰੀ ਗੱਲ ਕਾਲੇ ਦੀ ਪਾਸੇ ਫਿਰ ਦੇਖਦੇ ਆਪਾਂ ਖੇਡ ਦੇ ਮੈਦਾਨ ਦੇ ਵਿੱਚ ਹਲਕਾ ਜਿਹਾ ਚੁੱਕਿਆ ਨੌਜਵਾਨ ਚੁੱਕਿਆ ਇਸ ਕਰਕੇ ਨੀ ਵੀ ਹਾਰ ਮੰਨ ਗਿਆ ਜਾਂ ਈਲ ਮੰਨ ਗਿਆ ਚੁੱਕਿਆ ਇਸ ਕਰਕੇ ਵੀ ਕਿਤੇ ਲੱਤੀ ਨਾਲ ਲੱਗਦਾ ਪਰ ਇਧਰਲੇ ਪਾਸੇ ਕਹਿੰਦੇ ਚੱਪਾ 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 ਚਰਖਾ ਚੱਲਣ ਵਾਲੀ ਗੱਲ ਹੋ ਗਈ ਮੇਰੇ ਵੀਰੋ ਨਹੀਂ ਉਹ ਰੀਸਾ ਵਾਹ ਜਵਾਨਾ ਹਰਿਆਣੇ ਵਾਲਿਆ ਕਹਿੰਦੇ ਅੱਜ ਮੇਲਾ ਲੁੱਟਣ ਵਾਲੀ ਗੱਲ ਹੋ ਗਈ ਮਾਰੋ ਤਾੜੀ ਦਰਸ਼ਕ ਵੀਰੋ ਜ਼ੋਰਦਾਰ ਕਹਿੰਦੇ ਸਵਾਦ ਆ ਗਿਆ ਚੱਲਦੇ ਹੋਏ ਮੈਚ ਦਾ ਵਾਹ ਜਵਾਨਾ ਉਧਰ ਬੱਲੜ ਕਬੱਡੀ ਦੇ ਲਈ ਫੇਰ ਵਧਿਆ ਹੋਇਆ ਮੁੰਡੇ ਦਾ ਸਰੀਰ ਦੇਖੋ ਕੁਇੰਟਲ ਤੋਂ ਉੱਪਰ ਵਜਨ ਲੱਗਦਾ ਗਾ ਕਿਉਂਕਿ ਤੁਸੀਂ ਦੇਖ ਰਹੇ ਹੋ ਜੇ ਮੁੰਡਾ ਰੇਡਰ ਵਧੀਆ ਲੱਗਦਾ ਫਿਰ ਤਾੜੀ ਮਾਰ ਕੇ ਦੱਸੋ ਨਾ ਕਿੱਦਾਂ ਦਾ ਲੱਗਦਾ ਤੁਹਾਨੂੰ ਇਹ ਕਹੂੰਗਾ ਤੁਸੀਂ ਸਟਾਰ ਬਣਾਉਣਾ ਗਾ ਨੌਜਵਾਨੋ ਉਧਰ ਮੌੜਾ ਦਾ ਵੈਦ ਆਲੀ ਕਹਿੰਦਾ ਨੋਨਾ ਆ ਮੌੜਾ ਵਾਲਾ ਵੈਦ ਨੰਬਰ ਲੈਣਾ ਨੀ ਸੌਖਾ ਮੌੜਾ ਦੇ ਵੈਦ ਬਤੰਦਰ ਤੋਂ ਮੌੜਾ ਦੇ ਵੈਦ ਬਤੰਦਰ ਤੋਂ ਬਈ ਵਾਹ ਵਾਹ ਹਰਿਆਣੇ ਵਾਲਿਆ ਮੈਚ ਜਿੱਤਣਾ ਹਾਰਨਾ ਕਬੱਡੀ ਦੇ ਵਿੱਚ ਕਹਿੰਦੇ ਕੋਈ ਵੀ ਗੇਮ ਦੇ ਵਿੱਚ ਹਾਰ ਜਿੱਤ ਕਾਂਤੀ ਜੀ ਬਣੀ ਆਈ ਆ ਪਰ ਹਰਿਆਣੇ ਵਾਲਿਆ ਵਾਕਈ ਦਿਲ ਜਿੱਤਿਆ ਤਾੜੀ ਮਾਰ ਦਿਓ ਇੱਕ ਵਾਰੀ ਹਰਿਆਣੇ ਦੀ ਟੀਮ ਦੇ ਨਾਂ ਤੇ ਯੋਗਦਾਰ
एक बेनती है जी टाइया पै रही अगले राउंड दिया वो टीम है फौजी दूजे पास एक तो गल हैगी है हरियाणे वाले पॉइंट दिंदे तो है पर दिंदे पूरे नजारे नाल बहुत ही सत्कारयोग कहिंदे यादविंदर सिंह जी यालदार नाले अरमान यालदार सुखचैन बरगाड़ी होनी पिरतपाल पिरथी होनी केकर सिंह ढिल्लों नाले कहिंदे वी विजय भंडारी जी वह भी पुजे हुए धन्यवाद करते हैं नाले कहिंदे वी बड़ा प्यार है साडे वीर अशोक शर्मा जी उन्होंने नाल कहिंदे भरावां वाला प्यार है विशेष तौर पर भाई जी है अगले राउंड दी टाइयां पै रही ने कोई टीम आए ना कहे भी साढ़े सामने नहीं डाइया पाइया ये ध्यान देना इधर रूड़ेके वाले बबली की मैं देखना भी कबड्डी पै रही है अज क्योंकि वधिया रेडर के चंगे खिलाड़ियों की जी आप गल करते हैं जिवें हरियाणे वाले के नाम किसी का नरेश किसी का सुरेश किसी का टोनू किसी का मोनू किसी का बल्लड़ किसी का चांडा तो अपने वाले तो फिर सू पता ही है गुरजंट सिंह बलदेव सिंह मुथियार सिंह ये पंजाबियों के ना पर हरियाणे की गल आप करते हुए लो बल्लड़ कबड्डी पाने लिए वादा होया पर बिक्की दे बल्लड़ नहीं जफा लग्या ये बिक्की आ इको तरीके जफा लगू ये गिट्टे फड़ उत्ते बैठ फिर जफा लगू नहीं रुकता नहीं मैं समापत उधर भागू तो साडा वीर काका जी जिन्हों का चार पांच छे तरीक भागू के कबड्डी कप की भाई माने अर्गे आया बहुत बहुत धन्यवाद अपने समय के प्रसिद्ध कबड्डी खिलाड़ी बाबा जी मैच जिहड़ा समाप्त हो गया कांती जी दसो की स्कोर है इस मैच दे दसदा जी नाल ही सुखचैन बरगाड़ी जी साडे बहुत ही सत्कारयोग भी पहुंचे हुए है एक मिनट जी इहदे चों जिहड़ी बधावड़ा उहनां दे पॉइंट नौ ते रूड़े कैंदी टीम दे पॉइंट साढ़े पंज बधावड़ वाले जित गया कदा मनोज बनबौरी दे टीनू वर्गे साढ़े भी राए ने कोई ना काके नो टेंशन हरी हो गए ना उन्होंने चक्कां दा टूरनामेंट आ सताई नूं डिखां दे कबड्डी कप की गल तेई नूं मचाकी मैं उही उह बोल रहा भाई काले जिहड़ियां दो टीमां दा मैच आ ग्राउंड च उही होण अगलियां दो टीमां नूं हथ जोड़ के बेनती है नाले पैर जोड़ के भी ज्यादा बह जाओ भाई जनकी भाई जी बेनती है इस गल का कोई खिलाड़ी भीर गुस्सा भी ना करो क्योंकि इन्ना वधिया प्रबंध जिहड़ा कीता गया दर्शकों वास्ते कीता गया और खिलाड़ी भीरो ये भी गल चेते रखियो जिन्नी देर दर्शक कबड्डी नाल जुड़े है उन्नी देर कबड्डी की सरदारी रहनी है ते नहीं तां तुहानूं पता ही है बेनती है भी जिहड़ियां दी मैच दोनों टीमों के होणगे उही कृपा करके बाकी प्लेयर साइड ते हो जा करो क्योंकि आप ग्राउंड के वाधू कट नहीं करना तो नाल ही आप देखते हैं भी दूजे राउंड दीआं टाइयां जिहड़ियां ग्राउंड के कटिया जा रही है और मंच के उत्ते विराजमान बहुत ही सत्कार जो कहते सरदार हरिंदर सिंह जी चाल साहब और उन्होंने कहते लखते जिगर कहते भाई गुलजार चाल जी नाल युवराज हंस जी अज कहते अज के चीफ गैसट ने पहुंचे हुए हैं हेलो भाई यार एक बेनती है पहला तो मैं मेरे बारी बारी ये बोलना पै रहा भी वीर बन के जे बैठ जाओ तो बहुत धन्यवाद क्योंकि आ जरा मैच लगना गा एक पासे टीम किंगरे दी आ साडे वीर बब्बू वर्गे आ गुरप्रीत किंगरे वाला बहुत वधिया कबड्डी का स्टार कमेंटेटर सी पर दुनिया के विच नहीं उस नगर के आप प्लेयर की अज गल करते हैं